ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਈਵਨਿੰਗ ਤੋਂ ਕਰ ਰਹੇ ਹਾਂ ਤੇ ਆਪਾਂ ਇੱਥੇ ਬਣਾ ਰਹੇ ਹਾਂ ਜੀ ਹੁਣ ਸਾਗ ਸਾਗ ਮੈਂ ਕੱਟ-ਕੁੱਟ ਲਿਆ ਸੀ ਚੀਰ ਲਿਆ ਸੀ ਚੰਗੀ ਤਰ੍ਹਾਂ ਰੱਖ ਲਿਆ ਸੀ ਤੋਸ ਵਰ ਕੇ ਤੇ ਹੁਣ ਇੱਥੇ ਮੈਂ ਅੱਗ ਬਾਲਣ ਲੱਗੀ ਹਾਂ ਚੁੱਲ੍ਹੇ ਤੇ ਤੇ ਇੱਥੇ ਮੈਂ ਕਿਤੇ ਪਾਪਾ ਦਾ ਫੋਨ ਆਇਆ ਸੀ ਤੇ ਮੈਂ ਇੱਕ ਤੇਜਸ਼ਨ ਗੱਲ ਕਰ ਰਹੀ ਸੀ ਤੇ ਆਪਣਾ ਕੁਝ ਖਾਣ ਪੀਣ ਦਾ ਮੰਗਾਏ ਮੰਗਾ ਰਹੇ ਸੀ ਬੱਚਿਆਂ ਦਾ ਬੱਸ ਐਂ ਹੀ ਹੁੰਦਾ ਤੇ ਇੱਥੇ ਹੁਣ ਆਪਾਂ ਅੱਗ ਬਾਲਾਂਗੇ ਤੇ ਫੇਰ ਆਪਾਂ ਸਾਗ ਧਰਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਜਾਵੇ ਤੇ ਹੁਣ ਆਪਾਂ ਕਰਦੇ ਹਾਂ ਜੀ ਕੰਮ ਜੀ ਤੇ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਜੀ ਤੇ ਇੱਥੇ ਹੁਣ ਆਪਾਂ ਸਾਗ ਧਰ ਲੈਨੇ ਆ ਤੇ ਆ ਦੇਖੋ ਜੀ ਜੇਸ਼ਨ ਜੇਸ਼ਨ ਦਾ ਡਾਂਸ ਇਹਨੂੰ ਪਤਾ ਨਹੀਂ ਸੀ ਕਿ ਵੀਡੀਓ ਅਸੀਂ ਮੈਂ ਲਗਾਈ ਹੋਈ ਏ ਕੈਮਰਾ ਲਾਇਆ ਹੋਇਆ ਤੇ ਮੈਂ ਕੋ ਨੂੰ ਕਹਿ ਵੀ ਰਹੀ ਸੀ ਵੀ ਵੀਡੀਓ ਬਣਾ ਰਹੇ ਨੇ ਮੰਮਾ ਤੇ ਇਹ ਫਿਰ ਖੜ ਗਿਆ ਸੀ ਤੇ ਫਿਰ ਕਹਿੰਦਾ ਮੇਰੀ ਵੀਡੀਓ ਨੂੰ ਕੱਟ ਦੇ ਚੰਗਾ ਮੰਮੀ ਆ ਦੇਖੋ ਮੈਂ ਡਾਂਸ ਕਰ ਰਿਹਾ ਮੈਂ ਮੈਂ ਨਹੀਂ ਕੱਟਣੀ ਹੈਗੀ ਤੇ ਮੈਂ ਵੈਸੇ ਹੀ ਚਲਾਤੀ ਸੀ ਕਿ ਉਹ ਡਾਂਸ ਕਰਦਾ ਪਿਆ ਚਲੋ ਜੀ ਇਹ ਹੁਣ ਖੁਸ਼ ਹੈ ਕੋਈ ਨਾ ਕੋਈ ਚੀਜ਼ ਮੰਗਵਾਈ ਹੋਣੀ ਆਪਣੇ ਪਾਪਾ ਕੋਲੋਂ ਤੇ ਹੁਣ ਇਹਨੂੰ ਇਹਨੂੰ ਹੁਣ ਚਾ ਚੜਿਆ ਹੋਇਆ ਵੀ ਮੇਰੀ ਚੀਜ਼ ਆਏਗੀ ਤੇ ਇੱਥੇ ਥੋੜੀ ਜੀ ਵਾਇਸ ਓਵਰ ਕਰ ਰਹੀ ਸੀ ਤੇ ਖੰਗ ਇਕਦਮ ਹੀ ਆਨ ਲੱਗੀ ਸੀ ਇਸ ਕਰਕੇ ਮੈਂ ਬੰਦ ਕਰੀ ਤੇ ਚਲੋ ਜੀ ਹੁਣ ਆਪਾਂ ਅੱਗ ਬਾਲ ਕੇ ਤੇ ਫਿਰ ਆਪਾਂ ਧਰਦੇ ਆ ਜੀ ਸਾਗ ਤੇ ਫਿਰ ਆਪਾਂ ਕਰਦੇ ਆ ਅਗਲੇ ਕੰਮ ਕਿਉਂਕਿ ਸਾਰਾ ਦਿਨੀ ਜਦੋਂ ਆਪਾਂ ਸਾਗ ਧਰਨ ਲੱਗੇ ਨੇ ਤੇ 2-3 ਵਜੇ ਆਪਾਂ ਨੂੰ ਸਾਗ ਨੂੰ ਧੋਣਾ ਚਾਰ ਪੰਜ ਪਾਣੀ ਚ ਧੋ ਕੇ ਫਿਰ ਰੱਖਣਾ ਫਿਰ ਕੱਟਣਾ ਫਿਰ ਸਾਰਾ ਕੁਝ ਹੀ ਮਤਲਬ ਬਹੁਤ ਟਾਈਮ ਲੱਗ ਜਾਂਦਾ ਹੈ ਸਾਗ ਜਦੋਂ ਬਣਾਉਨੇ ਆਪਾਂ ਤੇ ਹੁਣ ਸਾਗ ਆਪਾਂ ਮੁੱਲ ਨਹੀਂ ਸੀ ਲਿਆ ਆਪਣੇ ਖੇਤਾਂ ਚ ਪਿੱਛੇ ਹੋ ਗਿਆ ਸੀਗਾ ਤੇ ਉੱਥੋਂ ਹੀ ਤੋੜ ਕੇ ਲਿਆਂਦਾ ਸੀ ਤੇ ਪਾਲਕ ਵਗੈਰਾ ਆਪਾਂ ਲੈ ਲਈ ਸੀ ਪਾਲਕ ਹਜੇ ਹੋਈ ਨਹੀਂ ਹੈਗੀ ਪਾਲਕ ਲਈ ਸੀ ਬਾਕੀ ਆਪਣਾ ਸਾਗ ਆਪਣਾ ਹੁਣ ਫ੍ਰੀ ਦਾ ਹੀ ਏ ਕਿਉਂਕਿ ਜਦੋਂ ਆਪਾਂ ਹੁਣ ਬੈਠੇ ਵੀ ਆਪਾਂ ਖੇਤਾਂ ਵਿੱਚ ਹੀ ਆਂ ਤੇ ਇੱਥੇ ਤਾਂ ਸਾਗ ਵਗੈਰਾ ਤਾਂ ਜਦੋਂ ਆਪਣਾ ਘਰ ਦਾ ਹੀ ਹੋ ਜਾਂਦਾ ਹੈ ਤੇ ਮੁੱਲ ਬਸ ਜਦੋਂ ਨਵਾਂ ਨਵਾਂ ਜਿ ਆਉਂਦਾ ਬਸ ਇੱਕ ਵਾਰੀ ਲੈਨੇ ਹੁੰਨੇ ਆ ਮੁੱਲ ਸਾਗ ਕਿਉਂਕਿ ਬਹੁਤ ਵਧੀਆ ਲੱਗਦਾ ਜਦੋਂ ਨਵਾਂ ਨਵਾਂ ਆਉਂਦਾ ਤੇ ਦਿਲ ਕਰਦਾ ਹੁੰਦਾ ਖਾਣ ਵਾਸਤੇ ਤੇ ਫਿਰ ਐ ਹੁੰਦਾ ਚਲੋ ਲੈ ਲੈਨੇ ਆ ਫਿਰ ਤਾਂ ਵਾਧੂ ਸਾਗ ਹੋ ਜਾਂਦਾ ਜਿੰਨੀ ਵਾਰੀ ਮਰਜ਼ੀ ਭਾਵੇਂ ਰੋਜ਼ ਹੀ ਬਣਾ ਲਓ ਤੋੜ ਕੇ ਪਰ ਮੈਂ ਇੱਕ ਵਾਰੀ ਜਿਵੇਂ 15 ਦਿਨ ਬਾਅਦ ਜਾਂ 15 20 ਦਿਨ ਬਾਅਦ ਇੱਕ ਵਾਰੀ ਬਣਾ ਲੈਨੇ ਆ ਤੇ ਉਹ ਆਪਾਂ ਮਤਲਬ ਐਵੇਂ ਨਹੀਂ ਕਰਦੇ ਕਿ ਡੇਲੀ ਉਹ ਸਾਗ ਖਾਣਾ ਜਿਵੇਂ ਹੁਣ ਇੱਕ ਦਿਨ ਬਣਾ ਲਿਆ ਫਿਰ ਦੋ ਦਿਨ ਵਿੱਚੋਂ ਜਿਹੜਾ ਆਪਾਂ ਸਾਗ ਹੁਣ ਇੰਨੀ ਮਿਹਨਤ ਕਰਕੇ ਬਣਾਨੇ ਆ ਮੈਂ ਤਾਂ ਐਵੇਂ ਹੀ ਕਰਦੀ ਆ ਤੇ ਉਹਨੂੰ ਇੱਕ ਦੋ ਮਤਲਬ ਦੋ ਦਿਨ ਬਾਅਦ ਫ੍ਰਿਜ 'ਚ ਰੱਖ ਦਿੰਦੇ ਆ ਤੇ ਉਸ ਤੋਂ ਬਾਅਦ ਵੈਸੇ ਵੀ ਠੰਡਾ ਮੌਸਮ ਹੋ ਜਾਂਦਾ ਠੰਡ ਹੋ ਜਾਂਦੀ ਏ ਤੇ ਉਹਨੂੰ ਆਪਾਂ ਫ੍ਰਿਜ 'ਚ ਰੱਖ ਦਿੰਦੇ ਆ ਤੇ ਫ੍ਰਿਜ ਤੋਂ ਮਤਲਬ ਇੱਕ ਅੱਧੀ ਸਬਜ਼ੀ ਵਿੱਚੋਂ ਫੇਰ ਬਣਾ ਲਈਦੀ ਏ ਤੇ ਫੇਰ ਆਪਾਂ ਦੋ ਤਿੰਨ ਦਿਨ ਬਾਅਦ ਫੇਰ ਆਪਾਂ ਤੜਕਾ ਲਾ ਕੇ ਤੇ ਫੇਰ ਖਾ ਲੈਨੇ ਆ ਇੰਮੀ ਸਾਗ ਸਵਾਦ ਵੀ ਲੱਗਦਾ ਤੇ ਇੱਕ ਦਿਨ ਚ ਹੀ ਨਹੀਂ ਖਤਮ ਹੁੰਦਾ ਜਦੋਂ ਟਾਈਮ ਲੱਗਦਾ ਸਾਗ ਚ ਤਾਂ ਬਹੁਤ ਟਾਈਮ ਲੱਗਦਾ ਪੂਰਾ ਦਿਨ ਹੀ ਲੱਗ ਜਾਂਦਾ ਸਾਗ ਜਦੋਂ ਆਪਾਂ ਧਰਦਿਆਂ ਮਿਹਨਤ ਲੱਗਦੀ ਹੈ ਬਹੁਤ ਜ਼ਿਆਦਾ ਇਹਦੇ ਚ ਤੇ ਇੱਥੇ ਹੁਣ ਮੈਂ ਸਾਗ ਧਰਾਂਗੀ ਤੇ ਵਿੱਚੋਂ ਬਸ ਇੱਕ ਦਿਨ ਜੀ ਹੁਣ ਤੜਕਾ ਲਾ ਕੇ ਤੇ ਆਪਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਵਧੀਆ ਕਿਉ ਜਾਂ ਮੱਖਣ ਪਾ ਕੇ ਆਪਾਂ ਖਾ ਲੈਣਾ ਤੇ ਫਿਰ ਅਗਲੇ ਦਿਨ ਜੇ ਦਿਲ ਕਰਦਾ ਤੇ ਤੜਕਾ ਲੱਗਿਆ ਹੋਇਆ ਤੇ ਉਹੀ ਖਾ ਲੈਨੇ ਆ ਫਿਰ ਆਪਾਂ ਸ਼ਾਮ ਨੂੰ ਸਬਜੀਤ ਜਿਵੇਂ ਗੋਭੀ ਆਲੂ ਜਾਂ ਕੋਈ ਹੋਰ ਸਬਜੀ ਆਪਾਂ ਬਣਾ ਲੈਨੇ ਆ ਵਿੱਚੋਂ ਤੇ ਫਿਰ ਆਪਾਂ ਇੱਕ ਦਿਨ ਦੋ ਦਿਨ ਬਾਅਦ ਜਿਵੇਂ ਦੋ ਕੁ ਦਿਨ ਸਬਜੀ ਬਣਾ ਲਈ ਫਿਰ ਤੜਕਾ ਲਾ ਕੇ ਫਿਰ ਖਾ ਲੈਣਾ ਤੇ ਮੈਂ ਇਸ ਤਰੀਕੇ ਨਾਲ ਹੀ ਸਬਜੀ ਵਿੱਚੋਂ ਆਪਾਂ ਖਾ ਲੈਨੇ ਆ ਤੇ ਰੋਜ਼ ਤਾਂ ਸਾਗ ਵੀ ਨਹੀਂ ਖਾਦਾ ਜਾਂਦਾ ਤੇ ਬੱਚੇ ਤਾਂ ਖਾ ਲੈਂਦੇ ਨੇ ਇਹਨਾਂ ਨੂੰ ਪਸੰਦ ਨਹੀਂ ਤਾਂ ਬੱਚੇ ਜ਼ਿਆਦਾਤਰ ਸਾਗ ਨਹੀਂ ਖਾਂਦੇ ਮੇਰੀ ਭਣ ਜੀ ਛੋਟੀ ਤੇ ਉਹ ਮਤਲਬ ਹੈ ਤਾਂ ਹੁਣ ਵੱਡੇ ਨੇ ਤੇ ਪਰ ਮਤਲਬ ਬਹੁਤ ਹੀ ਮਤਲਬ ਉਹ ਤਾਂ ਸਾਗ ਨੂੰ ਵੇਖਦੀ ਵੀ ਨਹੀਂ ਹੈਗੀ ਖਾਂਦੀ ਨਹੀਂ ਹੈਗੀ ਰਵਿੰਦਰ ਕੌਰ ਗਿਲ ਜਿਨ੍ਹਾਂ ਦਾ ਚੈਨਲ ਤੁਸੀਂ ਜਾਣਦੇ ਹੋ ਮੇਰੀ ਸਿਸਟਰ ਨੂੰ ਮੇਰੇ ਭੈਣ ਨੇ ਉਹ ਮਤਲਬ ਉਹਨਾਂ ਦੀ ਬੇਟੀ ਛੋਟੀ ਹੈ ਉਹ ਨਹੀਂ ਖਾਂਦੀ ਬਿਲਕੁਲ ਨਹੀਂ ਸਾਗ ਖਾਂਦੀ ਉਹੀ ਮੈਂ ਗੱਲ ਕਰ ਰਹੀ ਹਾਂ ਵੀ ਮੇਰੇ ਬੱਚੇ ਖਾ ਲੈਂਦੇ ਨੇ ਸਾਗ ਇਹਨਾਂ ਨੂੰ ਸ਼ੌਂਕ ਕੇ ਖਾਣ ਦਾ ਨਹੀਂ ਕਈ ਬੱਚੇ ਸਾਗ ਤਾਂ ਬਿਲਕੁਲ ਦੇਖਦੇ ਨਹੀਂ ਹੈਗੇ ਤੇ ਚਲੋ ਸ਼ੁਕਰੇ ਪ੍ਰਮਾਤਮਾ ਦਾ ਸਾਗ ਤਾਂ ਖਾਂਦੇ ਨਹੀਂ ਹੋਰ ਤਾਂ ਕੁਝ ਨਹੀਂ ਖਾਂਦੇ ਇਹ ਨਾ ਕਿ ਉਹ ਖਾਣ ਨਾ ਮੱਖਣ ਖਾਣ ਨਾ ਇਹ ਕੁਝ ਹੋਰ ਖਾਣ ਬਸ ਇਹਨਾਂ ਨੂੰ ਤਾਂ ਬਸ ਐ ਹੀ ਹੁੰਦਾ ਵੀ ਬਸ ਫਾਸਟ ਫੂਡ ਵਗੈਰਾ ਇਹ ਜ਼ਿਆਦਾ ਖਾਣਾ ਪਸੰਦ ਹੈ ਹੋਰ ਤਾਂ ਇਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਹੈਗਾ ਖਾਣਾ ਤੇ ਬੱਚਿਆਂ ਦਾ ਬਸ ਐਵੇਂ ਹੀ ਜਦੋਂ ਆਪਾਂ ਛੋਟੇ ਹੁੰਦੇ ਸੀ ਬਚਪਨ ਚ ਉਦੋਂ ਆਪਾਂ ਵੀ ਨਹੀਂ ਸੀ ਸਾਗ ਮੈਂ ਤਾਂ ਖਾਂਦੀ ਨਹੀਂ ਸੀ ਇਸ ਤਾਂ ਖਾਂਦੇ ਨਹੀਂ ਸੀ ਬਹੁਤ ਜਿਹਾ ਅਸੀਂ ਜੜੇ ਵੀ ਅਸੀਂ ਭੈਣ ਭਰਾ ਤਿੰਨ ਅਸੀਂ ਚਾਰ ਭੈਣ ਭਰਾ ਵਾਂ ਤੇ ਅਸੀਂ ਨਹੀਂ ਸिखਾਉਂਦੇ ਹੁੰਦੇ ਸਾਗ ਤੇ ਇਹ ਖਾ ਲੈਂਦੇ ਨੇ ਬੱਚੇ ਤੇ ਚਲੋ ਜੀ ਆਪਾਂ ਗੱਲਾਂ ਬਾਤਾਂ ਵੀ ਬਹੁਤ ਕਰ ਲੀਆਂ ਨੇ ਬੜੀਆਂ ਲੰਬੀਆਂ ਗੱਲਾਂ ਹੋ ਗਈਆਂ ਨੇ ਤੇ ਗੱਲਾਂ ਜਿੰਨੀ ਮਰਜ਼ੀ ਕਰ ਲਓ ਬੈ ਕੇ ਤੇ ਕਿਸੇ ਕਿਸੇ ਦਿਨ ਜਦੋਂ ਆਪਾਂ ਵਲੌਗ ਬਣਾਉਣੇ ਆ ਉਦੋਂ ਤੋਂ ਗੱਲ ਕਦੇ ਆਉਂਦੀ ਵੀ ਨਹੀਂ ਹੈਗੀ ਤੇ ਆਪਣਾ ਜੜੀਆਂ ਪਾਥੀਆਂ ਵਗੈਰਾ ਉਹ ਤਾਂ ਹੈ ਨਹੀਂ ਸੀਗੀਆਂ ਸੁੱਕੀਆਂ ਲੱਕੜਾਂ ਕਾਫੀ ਨੇ ਕਿਉਂਕਿ ਇਹਦੇ ਤੇ ਡਰਕਤ ਲੱਗੇ ਹੋਏ ਨੇ ਆਪਾਂ ਇਹ ਸਰਦੀਆਂ ਵਿੱਚ ਛਾਂਗ ਦੇਣੇ ਆ ਛਾਂਕੇ ਫਿਰ ਇਹ ਰੱਖ ਦੇਣੇ ਆ ਫਿਰ ਆਪਣੀ ਜੀ ਹੁਣ ਗਰਮੀਆਂ ਵਿੱਚ ਕੰਮ ਆ ਜਾਂਦੇ ਜੇ ਗਰਮੀਆਂ ਚ ਤੇ ਘੱਟ ਚੁੱਲਾ ਵਾਲੀ ਦਾ ਸਿਆਲ ਚ ਵਧੀਆ ਬਾਲਿਆ ਜਾਂਦਾ ਨਾਲੇ ਨਿੱਗਾ ਹੁੰਦਾ ਤੇ ਜਦੋਂ ਹੁਣ ਆਪਾਂ ਬਾਲਦੇ ਆ ਚੁੱਲਾ ਤੇ ਹੁਣ ਵੀ ਠੰਡਾ ਹੀ ਮੌਸਮ ਹੈ ਇੰਨੀ ਗਰਮੀ ਨਹੀਂ ਹੈਗੀ ਤੇ ਸੂਰਜ ਦੇਖੋ ਛਿਪ ਰਿਹਾ ਇੱਥੇ ਹੁਣ ਦਿਨ ਡੁੱਬੀ ਗਿਆ ਸੀ ਆ ਦੇਖੋ ਜੀ ਤੇ ਹੁਣ ਆਪਾਂ ਆਪਣਾ ਸਾਗ ਵੀ ਬਸ ਬਣਨ ਵਾਲਾ ਹੀ ਤੇ ਇੱਥੇ ਬੱਚੇ ਹੁਣ ਬਾਹਰ ਬੈਠੇ ਸੀਗੇ ਸਾਰੇ ਆਪਾਂ ਆਪਣੀਆਂ ਗੱਲਾਂ ਚੱਲ ਰਹੀਆਂ ਸੀ ਇਹਨਾਂ ਦੀਆਂ ਤੇ ਇਹਨਾਂ ਨੂੰ ਸ਼ੌਂਕ ਚੜਦਾ ਕਿ ਕੋਲ ਬਹਿ ਕੇ ਤੇ ਸੀ ਐਵੇਂ ਅੱਗ ਸਿੱਕੀ ਪਰ ਅੱਗ ਹਜੇ ਸੇਕਣ ਮਤਲਬ ਗਰਮੀ ਲੱਗਦੀ ਹਜੇ ਤਾਂ ਜਦੋਂ ਸੇਕ ਨਹੀਂ ਇਹਨਾਂ ਚੱਲਿਆ ਜਾਂਦਾ ਜਿਵੇਂ ਧੁੱਪ ਦਾ ਵੀ ਹਜੇ ਮਤਲਬ ਠੀਕ ਹੈ ਇੰਨੀ ਗਰਮੀ ਤਾਂ ਨਹੀਂ ਲੱਗਦੀ ਤਿੱਖੀ ਧੁੱਪ ਨਹੀਂ ਲੱਗਦੀ ਪਰ ਥੋੜਾ ਜਿਹਾ ਠੀਕ ਲੱਗਦਾ ਤੇ ਇੱਥੇ ਹੁਣ ਬੈਠੇ ਸੀ ਸਾਰੇ ਤੇ ਚਲੋ ਜੀ ਫਿਰ ਹੁਣ ਆਪਾਂ ਅਗਲੇ ਕੰਮ ਕਰ ਲੈਨੇ ਆ ਤੇ ਆ ਦੇਖੋ ਜੀ ਸਾਡੀ ਹਰਿਆਲੀ ਸਾਡਾ ਕਿਚਨ ਗਾਰਡਨ ਮੈਂ ਜ਼ਰੂਰ ਦਿਖਾਨੀ ਹੁੰਨੀ ਆਪਣੀ ਵੀਡੀਓ ਵਿੱਚ ਤੇ ਇਹ ਹੈਗੀ ਹਲਦੀ ਆਪ ਆਗੇ ਸੀ ਜੀ ਅੰਦਰ ਇੱਥੇ ਮੈਂ ਲਾਈਟ ਓਨ ਕਰਨ ਆਈ ਸੀ ਤੇ ਨਾਲੇ ਕੀਰਤਨ ਚੱਲ ਰਿਹਾ ਸੀ ਮੈਂ ਥੋੜੀ ਜਿਹੀ ਵੀਡੀਓ ਇਹ ਵੀ ਬਣਾ ਲਈਏ ਤੇ ਚਲੋ ਜੀ ਮਿਲਦੇ ਆ ਜੀ ਫਿਰ ਕਿਸੇ ਨਵੀਂ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਰਾਬਾ ਰਖਾ ਜੀ ਤੇ ਟਾਈਮ ਹੋ ਗਿਆ ਜੀ ਪੌਣੇ 6 ਤੇ ਚਲੋ ਜੀ ਮਿਲਦੇ ਆ ਜੀ ਨੈਕਸਟ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ